ਹਸਨਾਬਾਦ ਦੇ ਤਮਾਮ ਡਿਵੀਜ਼ਨ ਦੇ ਅੰਦਰ ਜਿਸ ਵੀ ਉਹ ਸਰਕਾਰੀ ਦਫ਼ਤਰ ਚ ਜਾਏਗਾ ਉਹਦਾ ਵਨ ਵਿੰਡੋ ਆਪਰੇਸ਼ਨ ਦੇ ਨਾਲ ਫੌਰੀ ਤੌਰ ਤੇ ਕੰਮ ਹੋਇਆ ਕਰੇਗਾ ਇਹ ਇਵਾਰਡ ਕਮਿਸ਼ਨਰ ਸਾਹਿਬ ਵੱਲੋਂ ਹਸਨਾਬਾਦ ਦੀ ਕਬੱਡੀ ਪੰਜਾਬ ਦੀ ਕਬੱਡੀ ਪਾਕਿਸਤਾਨ ਦੀ ਕਬੱਡੀ ਦੇ ਉੱਤੇ ਇੱਕ ਬਹੁਤ ਬੜਾ ਅਹਿਸਾਨ ਹੈ ਕਿ ਖਿਡਾਰੀਆਂ ਨੂੰ ਜਿਵੇਂ ਇੰਡੀਆ ਦਾ ਚੰਨਾ ਵਾਰਡ ਪਦਮ ਸ਼੍ਰੀ ਵਾਰਡ ਦਿੱਤਾ ਗਿਆ ਸੀ ਇਸ ਲਈ ਕਮਿਸ਼ਨਰ ਵਾਰਡ ਦੇ ਨਾਲ ਨਾਲ दोस्तों अगर तुसी कबड्डी दे रोंचक ते नवे मैचेस देखना चाहते हो ते साडा चैनल इंटरनेशनल कबड्डी क्लब लाजमी सबसक्राइब करो ते नाल ही बैल वाले आइकन नूं दबा दो ताकि जदों भी कोई नवा मैच आवे ते सब नालों पहले तुसी देख सको ਚਾਪੀ ਕੀ ਕਰੇਗਾ ਕਮੱਟਰ ਕੀ ਕਰੇਗਾ ਲਓ ਪਹਿਲਾ ਪੁਆਇੰਟ ਸੁਈ ਗੈਸ ਦੀ ਟੀਮ ਨੂੰ ਮਿਲਿਆ ਅਗਲੀ ਕਬੱਡੀ ਪਾਕਿਸਤਾਨ ਏਅਰ ਫੋਰਸ ਦੀ ਟੀਮ ਦੇ ਵੱਲੋਂ ਟਾਈਗਰ ਆਫ ਪਾਕਿਸਤਾਨ ਮਕਾਸ ਭੱਟ ਜੋਰੀ ਜਮੀਅਤ ਗੁਜਰ ਸਾਹਿਬ ਮਕਾਸ ਭੱਟ ਪਹਿਲੀ ਰੇਡ ਦੇ ਉੱਪਰ ਇਸਲੇ ਮਲਕ ਰਾਸ਼ਦ ਦੇ ਨਾਲ ਹਲਕਾ ਜਿਹਾ ਟੱਚ ਮਾਰਿਆ ਹੈ ਔਰ ਇਹ ਉਹ ਨੌਜਵਾਨ ਹੈ ਜਿਨਨੇ ਹਮੇਸ਼ਾ ਹੀ ਸੋਹਣੀਆਂ ਕਬੱਡੀਆਂ ਪਾਈਆਂ ਪਰ ਚੋਰੀ ਜਵੇਦ ਗੁਜਰ ਨੇ ਹਮੇਸ਼ਾ ਆਪਣੇ ਪੁੱਤਰਾਂ ਵਾਂਗੂ ਸਾਹਮ ਕੇ ਰੱਖਿਆ ਆਉਣ ਲੱਗਿਆ ਨੌਜਵਾਨ ਪਹਿਲਾ ਇੱਕ ਇੱਕ ਨੰਬਰ ਬਰਾਬਰ ਹੋਇਆ ਹਲਕੀ ਜਿਹੀ ਅੱਖ ਦੇ ਉੱਪਰ ਦਰਦ ਮਹਿਸੂਸ ਕੀਤੀ ਹੈ ਲੋ ਕਬੱਡੀ ਪਾਏਗਾ ਸਾਹਮਣੇ ਵੱਡਾ ਭਰਾ ਜੰਮਿਆ ਨੇ ਛੋਟਾ ਭਰਾ ਕਬੱਡੀ ਪਾਏਗਾ ਹਾਫਿਜ਼ ਆਸਮ ਮੌਲਾ ਇੱਕ ਕੰਨੇ ਤੇ ਆਸਮ ਮੌਲਾ ਔਰ ਦੂਸਰੇ ਕੰਨੇ ਤੇ ਅਜੇ ਕਹਿੰਦੇ ਸਾਜਦ ਰਸੂਲ ਸਾਜਾ ਗੁਜਰ ਆਪਣੇ ਆਪਣੇ ਸਰਬਾ ਨੰਬਰ ਕੰਨ ਦਾ ਇਸ਼ਾਰਾ ਇਹ ਪੁਆਇੰਟ ਕਬੱਡੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਮਿਲਿਆ ਅਜਲੇ ਪਾਕਿਸਤਾਨ ਸੁਈ ਗਿਆ ਸੀ ਟੀਮ ਨੂੰ ਜੀ ਪੁਆਇੰਟ ਮਿਲਿਆ ਜੀ ਜਾਪੀ ਦਾ ਜੀ ਜਾਪੀ ਦਾ ਪੁਆਇੰਟ ਜੀ ਪਲ ਤੋਂ ਮਿਲਣਾ ਦੁਨੀਆ ਬੈਠ ਕਿਸੇ ਨਹੀਂ ਰਹਿਣਾ ਇੱਕ ਨਾ ਇੱਕ ਦਿਨ ਲਹਿਰ ਹੋ ਜਾਂਦੀ ਮੌਤ ਸਮੁੰਦਰ ਲੈਣਾ ਇਰਫਾਨ ਮਾਲਾ ਜੱਟ ਕੌਮੀ ਟੀਮ ਦਾ ਕਪਤਾਨ ਤਾੜੀ ਆਉਣ ਦਿਓ ਤਾੜੀ ਆਉਣ ਦਿਓ ਕਰੀ ਜੀ ਠੀਕ ਹੈ ਜੀ ਇਧਰਲੇ ਪਾਸੇ ਵੇਖਣਾ ਮਲਕ ਰਾਸ਼ਦ ਔਰ ਸਾਹਮਣੇ ਪਈ ਹੋਈ ਕਬੱਡੀ ਇਰਫਾਨ ਮਾਲਾ ਜੱਟ ਸਿਆਣਾ ਤਜਰਬੇਕਾਰ ਖਿਡਾਰੀ ਹਲਕਾ ਜਿਹਾ ਹੱਸਿਆ ਔਰ ਪਾਕਿਸਤਾਨ ਏਅਰ ਫੋਰਸ ਦੀ ਟੀਮ ਦੇ ਹਿੱਸੇ ਤੀਸਰਾ ਨੰਬਰ ਅਲੀ ਅਕਬਰ ਡਿਪਟੀ ਚੰਨਵਾਈ ਨੌਜਵਾਨ ਨੇ ਬਹੁਤ ਕਬੱਡੀ ਅਜਿਹੇ ਸਾਡੇ ਇੰਡੀਆ ਦਾ ਸਰਦਾਰ ਵੀ ਆਏ ਨੇ ਚੜ੍ਹਦੇ ਪੰਜਾਬ ਤੋਂ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰ ਸਾਜਾ ਗੁਜਰ ਓਏ ਹੋਏ ਹੋਏ ਗੁਜਰ ਕਹਿੰਦਾ ਸੋਹਣਿਆ ਜਿਹੜੀ ਮੱਝ ਮੈਨੂੰ ਸਤਾਉਣ ਦੀ ਕੋਸ਼ਿਸ਼ ਕਰੇ ਮੈਂ ਨਹੀਂ ਉਹਨੂੰ ਕੋਈ ਕਰਨਾ ਹਾਂਜੀ ਆਫਤ ਜੀ ਲੋ ਸਾਜੇ ਗੁਜਰ ਦੇ ਰਾਹ ਟੱਕਿਆ ਕਹਿੰਦਾ ਰਾਹ ਟੱਕ ਕੇ ਖਲੋ ਗਿਆ ਮੇਰਾ ਵੀ ਭਾਬੀ ਸੋਹਣਾ ਮੁੰਡਾ ਗੁਜਰਾਂ ਦਾ ਰਾਹ ਟੱਕ ਕੇ ਖਲੋ ਗਿਆ ਮੇਰਾ ਵੀ ਭਾਬੀ ਸੋਹਣਾ ਮੁੰਡਾ ਹਾਂਜੀ ਇਸ ਨੂੰ ਸੁਣੋ ਸਭ ਤੋਂ ਵੱਜੋ ਕਬੱਡਰ ਦਾ ਨਾਮ ਲਾਲਾ ਅਬਦੁੱਲਾ ਕੰਬੋ ਜ਼ਿੰਦਾਬਾਦ ਚੱਕ ਨੰਬਰ 42 ਕਾ ਪੇਪਰਾਂ ਲੋਕੋ ਕੀ ਇਧਰ ਵੀ ਇੱਕ ਛੋਟਾ ਵੀਰ ਜੰਪਿਆ ਤੇ ਵੱਡਾ ਭਾਈ ਕਬੱਡੀ ਤੇ ਮੁਦੱਸਰ ਸੰਧੂ ਹਾਏ 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 ਕਹਿੰਦੇ ਅਜੇ ਉਹ ਤੇਰੇ ਸਮੇਂ ਪਹਿਲਾ ਜੱਪਾ ਉਹ ਦੀ ਤਗੜਾ ਜੱਪਾ ਅਜੇ ਮੁਦੱਸਰ ਸੰਧੂ ਅਸਲ ਜੀਪੀਐਲ ਦੀ ਟੀਮ ਦੇ ਵਾਸਤੇ ਇੱਕ ਬਹੁਤ ਮਹਿੰਗਾ ਜੱਪਾ ਇਸ ਨੌਜਵਾਨ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹਾਜੀ ਖੁਰਸ਼ੀਦ ਅਲ ਸੰਧੂ ਸਾਹਿਬ ਉਹਨਾਂ ਦਾ ਵੀ ਸ਼ੁਕਰੀਆ ਕਬੱਡੀ ਪਿਆਰੀ ਹੈ ਨੌਜਵਾਨ ਚਾਰਾਂ ਸਾਜਨ ਪੱਟੋ कबड्डी कौन जापी नासर कक्का जफर चीनी लो जी जफर चीनी कहते ਐ ਜ਼ਹੂਰ ਲਈ ਗੋਲਡ ਕੱਪ ਦਾ 25000 ਰੁਪਏ ਦਾ ਫਸਟ ਜਾਪੀ ਡਿਕਲੇਅਰ ਹੋਇਆ ਔਰ ਵਕਾਸ ਭੱਟ ਨੇ ਇੱਕ ਦੀ ਚਲਣ ਦਿੱਤੀ ਮੈਂ ਪਾਕਿਸਤਾਨ ਏਅਰਪੋਰਟ ਦੀ ਟੀਮ ਦੇ ਹਿੱਸੇ ਕਬੱਡੀ ਪਾਏਗਾ ਮੇਰੇ ਨੌਜਵਾਨ ਅਸਲੇ ਮੀਆਂ ਆਂਦੀ ਹਾਏ 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 ਕਹਿੰਦੇ ਪਾਪ ਵੀ ਬੜਾ ਨੰਬਰ ਖਿਡਾਰੀ ਰਿਹਾ ਪਰ ਪੁੱਤਰ ਵੀ ਇੱਧਰ ਸਾਜਾ ਗੁਜਰ ਅੱਜ ਗੁਜਰ ਫੇਰ ਨਹੀਂ ਹੋਈ ਇੱਧਰ ਹੋ ਹੋ ਸੁਣਕੇ ਜੀ ਇਹ ਗੁਜਰਾ ਉਹ ਤਾਂ ਫਟ ਸਾਇਆ ਹੈ ਕੌਡੀਆਂ ਇਧਰ ਜੰਪਿਆ ਜਨਾਬ ਸਾਜਾ ਗੁਜਰ ਕਬੱਡੀ ਪਾਏਗਾ ਨੌਜਵਾਨ ਵੀਰ ਜੀ ਇਰਫਾਨ ਮਾਨਾ ਜੱਟ ਚੱਕ ਨੰਬਰ 56 ਜੀ ਪੇ ਛੋਟਾ ਕਹਿਣਾ ਫੈਸਲਾਬਾਦ ਕਿ ਕਿੰਨੂ ਮੇਰੀ ਚਿੰਤਾ ਹੋ
ਹੋਣੀ ਜਿੰਨੇ ਮੇਰੇ ਨਾਲ ਖਲੋਣਾ ਜਿੰਨੇ ਚਿਰ ਨੂੰ ਤੂੰ ਉਪੜੇਗਾ ਉਹਨੇ ਚਿਰ ਨੂੰ ਮੈਂ ਨਹੀਂ ਹੋਣਾ ਮੁਦੱਸਰ ਸੰਧੂ ਹਾਏ ਹਾਏ ਸੰਧੂ ਰੱਬ ਸਲਾਮਤ ਰੱਖੇ ਸੰਧੂ ਚਾਨਣ ਸਾਡੇ ਪਿੰਡ ਦਾ ਯਾਰ ਕਦੀ ਨਾ ਹੋਵਣ ਸਾਡੇ ਪਿੰਡ ਤੋਂ ਦੂਰ ਸਵੇਰੇ ਅਬਦੁਲ ਹਨਾਨ ਨਾ ਲੋਕ ਗੁੱਜਰ ਚੌਧਰੀ ਮੀਰ ਦਾ ਗੁੱਜਰ ਦਾ ਪੁੱਤਰ ਉਹ ਨੱਥਾ ਫਲਾਣੀ ਇਹ ਕੋਈ ਗੁੱਜਰੀ ਆਸਮ ਬੋਲਾ ਸੋਣੀ ਆਸਮ ਬੋਲੇ ਦੇ ਨਾਲ ਟੱਕਰ ਹੋਈ ਹੈ ਔਰ ਬੜਾ ਸੋਹਣਾ ਉਹਨੇ ਵੀ ਇੱਥੇ ਰਾਜਾ ਸੋਹਣਿਆ ਮੈਂ ਤੇ ਉੱਥੇ ਮੀਡੀਆ ਨੇ ਤੇਰੇ ਕੋਲ ਆਈ ਮੇਰੀ ਕੈਚੀ ਚ ਲੱਤਾਂ ਨੇ ਹਾਂਜੀ ਅਗਲੇ ਬਾਰੇ ਤੇ ਫਿਰ ਜੀ ਪਾਕਿਸਤਾਨ ਏਅਰਪੋਰਟ ਦੀ ਟੀਮ ਦੇ ਵੱਲੋਂ ਤਜਰਬਾਕਾਰ ਸੀਨੀਅਰ ਖਿਡਾਰੀ ਨਾਨਾ ਬੈਦੁੱਲਾ ਕੱਪੋ ਚੰਨ ਵਾਲੇ ਨੌਜਵਾਨਾਂ ਪਹਿਲੀ ਕਬੱਡੀ ਪਾਈ ਜੱਪਾ ਕੀਤਾ ਮੁਦੱਸਰ ਸੰਧੂ ਨੇ ਨਾਸਰ ਗੱਗਾ ਸਫਰ ਚੈਨੀ ਨਾਲੀ ਲਾਲਾ ਸਹਿਬੁੱਲਾ ਤੇ ਮੁਦੱਸਰ ਸੰਧੂ ਚਾਰ ਜੱਪੀ ਕੌਣ ਜੱਪੀ ਜੱਪਾ ਕਰੇਗਾ ਕਮਿਸ਼ਨਰ ਫੈਸਲਾਬਾਦ 91ਵੀਂ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਤੇ ਇਸ ਸੈਮੀਫਾਈਨਲ ਦੇ ਉੱਤੇ ਪਹਿਲੀ ਸੈਮੀਫਾਈਨਲ ਦੇ ਉੱਤੇ ਡਬਲ ਟੱਚ ਦਾ ਇਸ਼ਾਰਾ ਹੈ ਕਿ ਲਾਲਾ ਅਬੈਦੁੱਲਾ ਕੱਪੋ ਮਾਸ਼ਾਅੱਲਾ ਦੋਨੋਂ ਹਾਜੀ ਲੱਗਦਾ ਹੈ ਅੱਲਾਹ ਹਜ ਵੀ ਨਸੀਬ ਕਰੇਗਾ ਲਓ ਜੀ ਕਬੱਡੀ ਫਿਰ ਹਾਬਲ ਆਸਮ ਮੌਲਾ ਚੱਲ ਵੇ ਗਬਰੂ ਆ ਕਬੱਡੀ ਦੋਨੋਂ ਸਾਈਡਾਂ ਤੇ ਦੋ ਪਾਈ ਕਬੱਡਰ ਤੇ ਦੋ ਪਾਈ ਜੰਪੀ ਲਓ ਜੀ ਸਾਡੇ ਫੈਸਲਾਬਾਦ ਦੀ ਨਾਇਕ ਮਾਰੂਫ ਸਿਆਸੀ ਸਮਾਜੀ ਸ਼ਖਸੀਅਤ ਜਿਨ੍ਹਾਂ ਨੇ ਜਿਹੜੀ ਸੀਟ ਜਿੱਤੀ ਪੂਰੇ ਪਾਕਿਸਤਾਨ ਚ ਨਹੀਂ ਪੂਰੀ ਦੁਨੀਆ ਦੇ ਵਿੱਚ ਧੁੰਮਾਂ ਪੈ ਗਈਆਂ ਮੈਂਬਰ ਸੁਭਾਈ ਅਸੈਂਬਲੀ ਜਨਾਬ ਪੀਓ ਬਾਰਸ ਸਾਹਿਬ ਤਸ਼ਰੀਫ ਲੈ ਕੇ ਆਏ ਵੈਲਕਮ ਜੀ ਆਇਆਂ ਨੂੰ ਅਹਿਲਨ ਵਸਹਿਲਨ ਮਰਹਬਾ ਬਖੈਰ ਆ ਗਲੇ ਬਲੀ ਕਰ ਆਇਓ ਅੱਖੀ ਸੱਜਣ ਆਵਣ ਅੱਖੀਆਂ ਠਰਨ ਪੰਜਾਬੀ ਲਹਿਰ ਤੇ ਬਖਾਉਂਦੇ ਬਾਰਸ ਜੀ ਸਾਹਿਬ ਮੈਂਬਰ ਸੁਭਾਈ ਅਸੈਂਬਲੀ ਇਹੋ ਜਿਹਾ ਖੰਭ ਕਰਾਇਆ ਤੇ ਪੂਰੀ ਦੁਨੀਆ ਦੇ ਵਿੱਚ ਧੁੰਮਾਂ ਪੈ ਗਈਆਂ ਜ਼ਿੰਦਾਬਾਦ ਜੀ ਹਾਂਜੀ ਜੀ ਹੋਰ ਜਿੱਦਾਂ ਮਰਜ਼ੀ ਕਰੋ ਇੱਦਾਂ ਨਾ ਕਰੋ ਲਓ ਜੀ ਵਹਾਂ 103 ਜਨਾਬ ਰਊਫ ਜੱਟ ਸਾਹਿਬ ਔਰ ਜ਼ੇਬੀ ਬਹੁਤ ਹੀ ਅੱਛੇ ਇੰਤਜ਼ਾਮ ਕੀਤੇ ਇਸੇ ਤਰ੍ਹਾਂ ਅਸੀਂ ਆਪਣੇ ਇਲੈਕਟ੍ਰੋਨਿਕ ਐਂਡ ਪ੍ਰਿੰਟ ਮੀਡੀਆ ਦੇ ਜਿਹੜੇ ਜਿਹੜੇ ਦੋਸਤ ਮੇਰੇ ਸਾਹਮਣੇ ਨਜ਼ਰ ਆ ਰਹੇ ਆ ਗੁਲਾਮ ਦਸਤਗੀਰ ਸਾਹਿਬ ਨੇ ਮੁਹਤਰਮਾ ਆਸਮਾ ਰਿਆਜ਼ ਸਾਹਿਬਾ ਵਾ ਮੈਡਮ ਸ਼ਨਾਸ ਸਭ ਨੂੰ ਬਹੁਤ ਮਸ਼ਹੂਰ ਆ ਸਾਡੇ ਨਾਲ ਐਨਰਜੈਟਿਕ ਦੋਸਤ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਮੇਰੇ ਨਾਲ ਸੱਚੀ ਤੇ ਖੱਬੀ ਬਾਹ ਬਣੇ ਰਹੇ ਹਰ ਵੇਲੇ ਜਨਾਬ ਤਾਰਕ ਨਜ਼ੀਰ ਸਾਹਿਬ ਔਰ ਜਨਾਬ ਨਵੀਦ ਨਜ਼ੀਰ ਸਾਹਿਬ ਕੇਅਰਟੇਕਰ ਇਕਬਾਲ ਸਟੇਡੀਅਮ ਔਰ ਤਾਰਕ ਨਜ਼ੀਰ ਸਾਹਿਬ ਡਿਵੀਜ਼ਨ ਸਪੋਰਟਸ ਅਫੀਸਰ ਸਾਰੇ ਦੋਸਤਾਂ ਦੇ ਬੇਹੱਦ ਮਮਨੂਨ ਆ ਆਪਣੇ ਅਫੀਸਰਾਂ ਦੇ ਇਤਮਾਦ ਤੇ ਪੂਰਾ ਉਤਰਦਿਆਂ ਹੋਇਆ ਅੱਜ ਕਬੱਡੀ ਦਾ ਇਹ ਮੇਲਾ ਸਜਾਇਆ ਔਰ ਆਵਾਮ ਨੂੰ ਇਹ ਫੈਸਲਾਬਾਦ ਦੇ ਵਿੱਚ 19 ਸਾਲ ਬਾਅਦ ਤਫਰੀਹ ਦਾ ਮੌਕਾ ਫਰਾਹਮ ਕੀਤਾ 41ਵੀਂ ਕਮਿਸ਼ਨਰ ਫੈਸਲਾਬਾਦ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ 7 ਤਰੀਕ ਨੂੰ ਇੱਥੇ ਕੱਲ੍ਹ 6 ਤਰੀਕ ਨੂੰ ਫਾਈਨਲ ਮੈਚ ਹੋਏਗਾ ਇਹਨਾਂ 'ਚੋਂ ਜਿੱਤਣ ਵਾਲੀ ਟੀਮ ਦੇ ਦਰਮਿਆਨ ਪਾਕਿਸਤਾਨ ਵਾਪਲਾ ਔਰ ਪਾਕਿਸਤਾਨ ਆਰਮੀ ਦੇ ਵਿੱਚੋਂ ਜਿੱਤਣ ਵਾਲੀ ਟੀਮ ਦੇ ਦਰਮਿਆਨ ਫਾਈਨਲ ਔਰ ਦੂਸਰੀਆਂ ਹਰ ਦੇ ਵਾਲੀਆਂ ਟੀਮਾਂ ਦੇ ਦਰਮਿਆਨ ਇਸੇ ਗਰਾਊਂਡ ਦੇ ਵਿੱਚ ਕੱਲ੍ਹ 3ਵੀਂ ਔਰ 4ਵੀਂ ਪੋਜੀਸ਼ਨ ਵਾਸਤੇ ਵੀ ਮੈਚ ਹੋਏਗਾ ਔਰ ਟਰੈਂਕਰ ਸੀਰੀਅਸ ਇੰਟਰਨੈਸ਼ਨਲ ਕਬੱਡੀ ਸੀਰੀਅਸ ਦੇ ਇਫਤਤਾਹੀ ਮੈਚ 7 ਤਰੀਕ ਨੂੰ ਪਾਕਿਸਤਾਨ ਵਾਈਟ ਔਰ ਇਰਾਨ ਦੀਆਂ ਟੀਮਾਂ ਦੇ ਦਰਮਿਆਨ ਪਾਕਿਸਤਾਨ ਪੰਜਾਬ ਔਰ ਇੰਡੀਆ ਪੰਜਾਬ ਦੀਆਂ ਟੀਮਾਂ ਦੇ ਦਰਮਿਆਨ ਪਾਕਿਸਤਾਨ ਪੰਜਾਬ ਦੀ ਟੀਮ ਉਹ ਟੀਮ ਹੋਏਗੀ ਜਿਹੜੇ ਇਸ ਨੈਸ਼ਨਲ ਚੈਂਪੀਅਨਸ਼ਿਪ ਦੇ ਬਿਹਤਰੀਨ ਖਿਡਾਰੀ ਹੋਣਗੇ ਉਹਨਾਂ ਤੋਂ ਟੀਮ ਮੁਨਤਖਬ ਕੀਤੀ ਜਾਏਗੀ ਉਹ ਟੀਮ 7 ਤਰੀਕ ਨੂੰ 2 ਵਜੇ ਤੱਕ ਇਸੇ ਗਰਾਊਂਡ ਦੇ ਵਿੱਚ ਇੰਡੀਆ ਪੰਜਾਬ ਦੀ ਟੀਮ ਦੇ ਨਾਲ ਟੱਕਰਾ ਹੋਏਗਾ ਜਨਾਬ ਸਾਡੇ ਗੁਰੂ ਘਰ
ਦੋਸਤ ਅਮੀਨ ਮੁਸਲ ਸਾਹਿਬ ਵੀ ਤਸ਼ਰੀਫ ਤੇ ਆਏ ਆ ਉਹ ਵੀ ਇਨਸ਼ਾਅੱਲਾ ਤੁਹਾਡੇ ਨਾਲ ਆਪਣੇ ਸੌਂਗ ਸਾਂਝਾ ਕਰਨਗੇ ਜੀ ਮਲਕ ਸਫਤਰ ਮਿਹਰਬਾਨੀ ਮਿਹਰਬਾਨੀ ਸ਼ਾਹ ਜੀ ਤੁਹਾਡੇ ਪਿਆਰ ਦਾ ਬਹੁਤ ਸ਼ੁਕਰੀਆ ਲੋ ਜੀ ਜਾਣਾ ਕਿਸੇ ਦੀ ਬਾਰਿਸ਼ ਦੇ ਮੌਸਮ ਮੱਲਾ ਨੇ ਪਰ ਹਜੇ ਮੈਚ ਵੀ ਕਿਤੇ ਸੌਖੇ ਨਹੀਂ ਲੱਗਦੇ ਸਦਕੇ ਜਾਵਾ ਜਿਹੜਾ ਰਿਹਾ ਮੈਚ ਨਾ ਵੇਖਣ ਵੀ ਕੌਮੀ ਦੇ ਪ੍ਰੇਮੀ ਕੋਈ ਨਹੀਂ ਉਹ ਪੰਜਾਬੀ ਕੋਈ ਨਹੀਂ ਸਦਕੇ ਇੱਧਰ ਜੁੜਦੇ ਆਪਾਂ ਖੇਡ ਮੈਦਾਨ ਦੇ ਨਾਲ ਆ ਮੈਨੂੰ ਜਾਪਦਾ ਪਿਆ ਕਿ ਟਾਈਮ ਆਊਟ ਦਾ ਇਸ਼ਾਰਾ ਮੁਸਤਫਾ ਉਸਤਾਦ ਬਾਦਸ਼ਾਹ ਖਾਲਸਾ ਭਾਈ ਐਮਸੀ ਦੇ ਮੈਚ ਰੈਫਰੀ ਇਹਨਾਂ ਨੂੰ ਸਿਰਫ ਪਾਕਿਸਤਾਨ ਕਬੱਡੀ ਫੈਡਰੇਸ਼ਨ ਦਾ ਨਾਮ ਲੈਣਾ ਕਿਸੇ ਆਫੀਸ਼ੀਅਲ ਦਾ ਕਿਸੇ ਕੰਪਨੀ ਦਾ ਨਾ ਕੋਈ ਸੈਕਟਰੀ ਸੰਦਰੋ ਜਿਹਦੇ ਨਾਮ ਲੈਣਾ ਮੈਂ ਆਪ ਹੀ ਲਊਂਗਾ ਤੁਸੀਂ ਅਗਰ ਨਾਮ ਲੈਣਾ ਸਿਰਫ ਮੈਚ ਦਾ ਤਫਰਾ ਕਰਨਾ ਔਰ ਕਬੱਡੀ ਫੈਡਰੇਸ਼ਨ ਦਾ ਕੋਈ ਨਹੀਂ ਠੀਕ ਹੈ ਜੀ ਇੱਧਰ ਪਤਸਰ ਮੱਛੋ ਡਿਪਟੀ ਅਕਬਰ ਆਹਮ ਦਾ ਮਲਕ ਮੁਹੰਮਦ ਅਕਬਰਾ ਵਾਲਿਆ ਪਰ ਨੰਬਰ ਹੈ ਸੰਜੀਵੀਆ ਦਾ ਨੰਬਰ ਸ਼ਹਿਜ਼ਾਦ ਹਨੀ ਪਿੱਲੂ ਸਦਕੇ ਜਾਵਾ ਮੁਹਤਮ ਜ਼ਹੀਰ ਅਹਿਮਦ ਸਾਹਿਬ ਸਵਾਦ ਲੈਂਦੇ ਨੇ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਲਾਲਾ ਅਬਦ ਤੱਕ ਦੂਹੋ ਚੱਲ ਪੈ ਲਾਲਾ ਤੇ ਲਾਲਾ ਪਿਓਰ ਪੰਜਾਬੀ ਤੇ ਰੱਖ ਦਾ ਠਾਠ ਨਵਾਬੀ ਕਿਸੇ ਨੂੰ ਹੱਥ ਕੀ ਪਾਉਣਾ ਇਹਨੇ ਤੇ ਟਾਰ ਨਾ ਜਿਉਣਾ ਉਹ ਵਜਾ ਹੈ ਪ੍ਰੈਸ ਕਰਨੀ ਆਪ ਹਰ ਬਾਰ ਤਾਂ ਨਹੀਂ ਮੱਝ ਮੈਂ ਆਪੇ ਕਾਬੂ ਆਉਂਗਾ ਨੰਬਰ ਲਾਲੇ ਦਾ ਨੰਬਰ ਲਾਲੇ ਦਾ ਹੱਸ ਤੇ ਰਹਿੰਦਾ ਨਾਲ ਨਖਰੇ ਜੇ ਕਰਦਾ ਤਾਂਯੋ ਤੇ ਜ਼ਮਾਨਾ ਇਹਦੀ ਖੇਡ ਤੇ ਮਰਦਾ ਕਬੱਡੀ ਪਾਉਣ ਵਾਸਤੇ ਮੁਹੰਮਦ ਅਦਰਾਨ ਹਨਾਨੀ ਗੁੱਜਰ ਅਮੀਨ ਗੁੱਜਰ ਦਾ ਜਿਹੜਾ ਜਿਸ਼ਮ ਆਸਤੇ ਕਬੱਡੀ 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 ਉਹਦਾ ਸਾਜ ਬਾਜ਼ਾਰ ਗੁੱਜਰ ਆਸਤ ਮੌਲਾ ਨਫੀਸ ਗੁੱਜਰ ਨਫੀਸ ਗੁੱਜਰ ਦਾ ਹੱਕ ਤੱਕ ਐਸ ਦਾ ਫਰਜ਼ ਹੈ ਸੰਭਲੀ ਕਬੱਡੀ ਦੀ ਦੁਨੀਆ ਦਾ ਪੇ ਪਾਕ ਚੈਂਪੀ 2018 ਦਾ ਚੈਂਪੀ ਚੈਂਪੀ ਹਾਏ ਨੰਬਰ ਮੁਹੰਮਦ ਅਦਨਾਨ ਜੀ ਇਹਨਾਂ ਦੀਆਂ ਤੈਨੂੰ ਸਦਕੇ ਇਸ ਮੁੰਡੇ ਦੀਆਂ ਤਾੜੀਆਂ ਮਾਰੋ ਇੱਕ ਨਹੀਂ ਸਦਕੇ ਜਾਵਾਂ ਹਨਾਨੀ ਗੁੱਜਰ ਅਗਲੀ ਕਬੱਡੀ ਪਾਏਗਾ ਮੁਹੰਮਦ ਵਕਾਸ ਭੱਟ ਚੱਲ ਪਈ ਵਕਾਸ ਭੱਟ ਸੁਣਿਆ ਆਪਾਂ ਹਾਂ ਕਬੱਡੀ ਨੌਜਵਾਨ ਕਬੱਡੀ ਦਾ ਹੀਰਾ ਕਬੱਡੀ ਇਸ ਟਾਈਮ ਸਦੀਕ ਭੱਟ ਦਾ ਛੋਟਾ ਵੀਰਾ ਸ਼ਫੀਕ ਭੱਟ ਦਾ ਛੋਟਾ ਵੀਰਾ ਪਾਕਿਸਤਾਨ ਏਅਰ ਫੋਰਸ ਦੀ ਕਰਦਾ ਪਿਆ ਨੁਮਾਇੰਦਗੀ ਮੈਂ ਕਹਿੰਦਾ ਪਿਆ ਕਿ ਮੁਹਤਰਮ ਨਾਮੁੱਲਾ ਖਾਨ ਸਾਹਿਬ ਸਵਾਦ ਲੈਣ ਲਈ ਜ਼ਫਰ ਇਕਬਾਲ ਜੀ ਦੀ ਬਾਹ ਫੜੀ ਵੱਧ ਕੇ ਬੰਦੇ ਇਹ ਪਟਾਕੇ ਪੈਣਗੇ ਪਰ ਕਹਿੰਦਾ ਤੇਰੇ ਹੱਥ ਵਿੱਚ ਬਾਹ ਕਿਵੇਂ ਦੇਵਾਂ ਭਾਈ ਗੱਜ ਮਾਰੇ ਮਾਪਿਆਂ ਦੀ ਦੂਸਰੇ ਸਾਹਮਣੇ ਪਹਿਲਾਂ ਦੀਆਂ ਦੋਨੇ ਟੀਮਾਂ ਪਾਕਿਸਤਾਨ ਵਾਪਰਾ ਔਰ ਪਾਕਿਸਤਾਨ ਆਰਮੀ ਦੀਆਂ ਟੀਮਾਂ ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਆ ਕਿ ਫੌਰੀ ਤੌਰ ਤੇ ਗਰਾਊਂਡ ਚ ਆ ਜਾਓ ਪਾਕਿਸਤਾਨ ਵਾਪਰਾ ਔਰ ਪਾਕਿਸਤਾਨ ਆਰਮੀ ਦੀਆਂ ਟੀਮਾਂ ਦੂਸਰੇ ਸੈਮੀਫਾਈਨਲ ਵਾਸਤੇ ਗਰਾਊਂਡ ਚ ਆ ਜਾਓ ਜੀ ਮਲਕ ਸਫਤਰ ਆਓ ਜੀ ਟੀਮਾਂ ਦਾ ਗਰਾਊਂਡ ਆ ਜਾ ਨਵੀਰ ਜੱਟ ਕੇ ਆਇਆ ਮੁੰਡੇ ਨੇ ਕੋਸ਼ਿਸ਼ ਕੀਤੀ ਪਰ ਨੰਬਰ ਨਹੀਂ ਆ ਤੀ ਦਾ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਇੱਕ ਰੀ ਫੇਰ ਬਿਲਕੁਲ ਤਿਆਰ ਪਰ ਤਿਆਰ ਫਲਾਲ ਮੁਸਲਮ ਢਿੱਲੂ ਜੱਟ ਪੁੱਤ ਦੀ ਕਬੱਡੀ ਚੱਲ ਕੇ ਢਿੱਲੂਆ ਪਾ ਹੱਕ ਕਬੱਡੀ ਸਦਕੇ ਜਾਵਾ ਨੌਜਵਾਨਾਂ ਕਿ ਫੜਕ ਦੇ ਟੌਲਿਆਂ ਚ ਪੈਂਦੀਆਂ ਨੇ ਛੱਲੀਆਂ ਜੱਟ ਦੀਆਂ ਰੇਡਾਂ ਲੋਕੋ ਜਾਂਦੀਆਂ ਨਹੀਂ ਝੱਲੀਆਂ ਸੋਹਣੀ ਪਾਉਂਦਾ ਪੈਰ ਵਿੱਚ ਰੇਡ ਮਿੱਤਰਾ ਫੇ ਤੂੰ ਕੌਟੀ ਪਾਉਂਦੇ ਗੱਭਰੂ ਨੂੰ ਵੇਖ ਮਿੱਤਰਾ ਫੇ ਤੂੰ ਕੌਟੀ ਪਾਉਂਦੇ ਗੱਭਰੂ ਨੂੰ ਵੇਖ ਮਿੱਤਰਾ ਮਲਕ ਮੁਹੰਮਦ ਰਾਸ਼ਦ ਇਸ ਤਰ੍ਹਾਂ ਨਾਲ ਲੱਗਾ ਮੁੰਡੇ ਨੇ ਬਗਰ ਪਰ ਦਾਈ ਗੱਲ ਕੀਤੀ ਹੈ ਫਲਾਲ ਮੁਸਲਮ ਕਿ ਤੂੰ ਕੇ ਮਾਰਦਾ ਹਾਏ ਵੈਲਕਮ ਜਨਾਬ ਵੈਲਕਮ ਜਨਾਬ ਸਾਡੀ ਸਪੋਰਟਸ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਆ ਨਹਾਇਤ ਹੀ ਐਨਰਜੈਟਿਕ ਅਫੀਸਰ ਨੇ ਡਾਇਰੈਕਟਰ ਜਨਰਲ ਪੀਐਚਏ ਚੌਧਰੀ ਮੁਹੰਮਦ ਆਸਿਫ ਵੀ ਸਟੇਜ ਤੇ ਬੈਠੇ ਨੇ ਵੈਲਕਮ ਜੀ ਆਇਆਂ ਨੂੰ ਅਹਿਲਤ ਮਸਹਿਲਤ ਮਰਹਬਾ ਬਖੈਰ ਆ ਗਲੇ ਬਲੀ ਕਰ ਆਇਓ ਮੁਹਤਰਮ ਜਨਾਬ ਚੌਧਰੀ ਮੁਹੰਮਦ ਆਸਫ ਡੀਜੀ ਪੀਐਚਏ ਵੈਲਕਮ ਬਖੈਰ ਆ ਗਲੇ ਜਨਾਬ ਚੌਧਰੀ ਸ਼ਾਹ ਮਹਿਮੂਦ ਬਾਜਵਾ ਸਾਹਿਬ ਵੀ ਤਸ਼ਰੀਫ ਰੱਖਦੇ ਨੇ ਜਨਾਬ ਚੌਧਰੀ ਮੁਹੰਮਦ ਬੂਟਾ ਸਾਹਿਬ ਵੀ ਤਸ਼ਰੀਫ ਰੱਖਦੇ ਨੇ ਵੈਲਕਮ ਜੀ ਆਇਆਂ ਨੂੰ ਚੌਧਰੀ ਮੁਹੰਮਦ ਅਸਗਰ ਸਾਹਿਬ ਵੈਲਕਮ ਲਾਲਾ ਅਬਦ ਤੱਕ ਦੋ ਅਗਲੀ ਕਬੱਡੀ ਪਾਉਣ ਵਾਸਤੇ ਹਾਂਜੀ ਦਰਾਂ ਜੀ ਪੱਟਾਂ ਦੇ ਨਾਲ ਪੱਟ ਨੇ ਖੈਂਦੇ ਟੌਲਿਆਂ ਨੂੰ ਜਦ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਨੇ ਲੋਕੀ ਉਂਗਲਾ ਕਰ ਕਰ ਪੁੱਛਦੇ ਨੇ ਨੰਬਰ ਲਾਲੇ ਦਾ ਨੰਬਰ ਲਾਲੇ ਦਾ ਤੱਕ ਦੋ ਦਾ ਕਬੱਡੀ ਪਾ ਕੇ ਡਿਪਟੀ ਮੁਹੰਮਦ ਅਕਬਰ ਰਾਏ ਅਬੈਦੁੱਲਾ ਮਸੂਦ ਖਰਲ ਸਾਹਿਬ ਵੈਲਕਮ ਜੀ ਆਇਆਂ ਨੂੰ ਮੈਨੇਜਰ ਪਾਕਿਸਤਾਨ ਵਾਪਰਾ ਕਬੱਡੀ ਟੀਮ ਰਾਏ ਅਬੈਦੁੱਲਾ ਮਸੂਦ ਖਰਲ ਵੈਲਕਮ ਜੀ ਆਇਆਂ ਨੂੰ ਅਹਿਲਨ ਮਸਹਿਲਨ ਮਰਹਬਾ ਜ਼ਿੰਦਾਬਾਦ ਜੀ ਚੱਲ ਕੇ ਸੁਣਿਆ ਉਹ ਲੱਗਾ ਹੁੰਦਾ ਨਾਲ ਲੇਕਿਨ ਨੰਬਰ ਡਿਪਟੀ ਮੁਹੰਮਦ ਅਕਬਰ ਇੱਕ ਰੀ ਫਿਰ ਹੋਰ ਨੰਬਰ ਦਾ ਕਰ ਗਿਆ ਵਾਦਾ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਵਕਾਸ ਭੱਟ ਚੱਲ ਕੇ ਵਕਾਸ ਭੱਟ ਸੁਣਿਆ ਪਾ ਕਬੱਡੀ ਔਰ ਪਾਕਿਸਤਾਨ ਆਰਮੀ ਦੀਆਂ ਟੀਮਾਂ ਬਿਲਕੁਲ ਤਿਆਰ ਹੋ ਕੇ ਗਰਾਊਂਡ ਚ ਆਣਾ ਜੀ ਪਾਕਿਸਤਾਨ ਏਅਰ ਫੋਰਸ ਔਰ ਐਸਐਨਜੀ ਪੀਐਲ ਦੀਆਂ ਟੀਮਾਂ ਦੇ ਦਰਮਿਆਨ ਚੱਲ ਰਿਹਾ ਮੈਚ ਵਕਾਸ ਭੱਟ ਪਈ ਹੋਈ ਰੇਡ ਲਾਲਾ ਸਾਹਿਬ ਨੂੰ ਹਲਕਾ ਜਿਹਾ ਚੁੱਕ ਕੇ ਲੱਤ ਫੜਨ ਦੀ ਕੋਸ਼ਿਸ਼ ਕੀਤੀ ਸੀ ਕਹਿੰਦਾ ਨਹੀਂ ਉਹ ਲੱਭਣਾ ਲਾਲ ਗਵਾਚਾ ਤਾਰਕ ਜੀ ਸਾਹਿਬ
ਕਹਿੰਦਾ ਨਹੀਂ ਉਹ ਲੱਭਣਾ ਲਾਲ ਗਵਾਚਾ ਮਿੱਟੀ ਦਾ ਫਰੋਲ ਜੋਗੀਆ ਨਹੀਂ ਉਹ ਲੱਭਣਾ ਲਾਲ ਗਵਾਚਾ ਮਿੱਟੀ ਦਾ ਫਰੋਲ ਜੋਗੀਆ ਚੱਲ ਜਵਾਨਾ ਪਾਕ ਪੱਟੀ ਦੇਖੋ ਨਫੀਦ ਜੱਟ ਫੜਿਆ ਹੋਇਆ ਖੋਚ ਦੋ ਨੰਬਰ ਤੋਂ ਲੱਗਾ ਸੀਗਾ ਦੋ ਨੰਬਰ ਤੋਂ ਪਕੜਨ ਦੀ ਕੋਸ਼ਿਸ਼ ਕੀਤੀ ਸੀ ਵੇਖੋ ਕੀ ਕਰਦਾ ਖਾਮ ਖਾ ਹੋ ਗਏ ਗੁੱਠਨ ਗੁੱਠਾ ਹੋ ਗਏ ਦੋਨੋਂ ਤੇ ਬਚ ਗਿਆ ਲਲਕਾਰਾ ਹੁਣ ਤਾਂ ਨੰਬਰ ਉਹਨੇ ਖੜਨਾ ਜਿਹੜਾ ਹਉ ਜਾਣ ਵਿੱਚ ਭਾਰਾ ਦੋ ਨੰਬਰ ਤੋਂ ਲੱਗਾ ਸੀ ਨਹੀਂ ਤਾਂ ਨੰਬਰ ਲੈਣ ਚ ਕਾਮਯਾਬ ਨਹੀਂ ਹੋਇਆ ਕਮਿਸ਼ਨਰ ਸਾਹਿਬ ਕਹਿੰਦਾ ਦੋ ਨੰਬਰ ਦਾ ਬੰਦਾ ਵੀ ਮਾਣਾ ਤੇ ਦੋ ਨੰਬਰ ਦਾ ਧੰਦਾ ਵੀ ਮਾਣਾ ਦੋ ਨੰਬਰ ਦਾ ਬੰਦਾ ਵੀ ਮਾਣਾ ਤੇ ਦੋ ਨੰਬਰ ਦਾ ਧੰਦਾ ਵੀ ਮਾਣਾ ਆਓ ਜੀ ਸਰਦਾਰ ਸੰਤੋਖ ਸਿੰਘ ਮੰਡੇਲ ਭਰਪੂਰ ਤਾੜੀਆਂ ਦੇ ਨਾਲ ਇਸਤਕਬਾਲ ਹੋਣਾ ਚਾਹੀਦਾ ਜੀ ਸਰਦਾਰ ਸੰਤੋਖ ਸਿੰਘ ਮੰਡੇਲ ਪਿੰਡ ਜ਼ਿਲ੍ਹਾ ਜਰਗ ਜ਼ਿਲ੍ਹਾ ਲੁਧਿਆਣਾ ਜੇ ਤੂੰ ਕੁੜੀ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁਧਿਆਣੇ ਦਾ ਸਰਦਾਰ ਸੰਤੋਖ ਸਿੰਘ ਮੰਡੇਲ ਖਸੂਸੀ ਤੌਰ ਤੋਂ ਕੈਨੇਡਾ ਤੋਂ ਵੀ ਤਸ਼ਰੀਫ ਲੈ ਕੇ ਆਏ ਪਿੰਡ ਜਰਗ ਜ਼ਿਲ੍ਹਾ ਲੁਧਿਆਣਾ ਇੰਟਰਨੈਸ਼ਨਲ ਸਪੋਰਟਸ ਆਰਗੇਨਾਈਜ਼ਰ ਨੇ ਵੈਲਕਮ ਜੀ ਆਇਆਂ ਨੂੰ ਕਹਿੰਦੇ ਆਇਆ ਸੰਤੋਖ ਸਿੰਘ ਮੰਡੇਲ ਜਲਦੀ ਜਲਦੀ ਛੇਤੀ ਛੇਤੀ ਗੱਲ ਨਾਲ ਲਾ ਲਓ ਕਦੀ ਹੋ ਨਾ ਜਾਵੇ ਦੇਰ ਛੇਤੀ ਛੇਤੀ ਗੱਲ ਨਾਲ ਲਾ ਲਓ ਕਿਤੇ ਹੋ ਨਾ ਜਾਵੇ ਦੇਰ ਵੈਲਕਮ ਜੀ ਜਨਾਬ ਸਰਦਾਰ ਸੰਤੋਖ ਸਿੰਘ ਜੀ ਮੰਡੇਲ ਜੀ ਮਲਕ ਮਹਿਕਮੇ ਤੇ ਫਿਰ ਆਪੋ ਆਪਣੇ ਅਜ਼ੀਜ਼ ਨੇ ਹਰ ਬੰਦੇ ਨੂੰ ਡਿਪਾਰਟਮੈਂਟ ਅਜ਼ੀਜ਼ ਨੇ ਸਦਕੇ ਜਾਵਾਂ ਨੰਬਰ ਲਾ ਲਿਆ ਬਗਲਾ ਕੋਦਾ ਦਾ ਕਬੱਡੀ ਪਾਉਂਦਾ ਫਿਰ ਹਾਫਤ ਮੁਹੰਮਦ ਆਸਮ ਬੋਲਾ ਇੱਧਰ ਵੀ ਨਿੱਕਾ ਵੀਰ ਕਬੱਡੀ ਤੇ ਫੱਟਾ ਵੀਰ ਚ ਖੇਡਦੇ ਪਰ ਨੰਬਰ ਇੱਕ ਵਾਰੀ ਫੇਰ ਐਸਐਨ ਜੀਪੀਐਲ ਦੇ ਖਾਤੇ ਜਾਂਦਾ ਹੋਇਆ ਮੈਂ ਕਹਿੰਦਾ ਪਿਆ ਕਿ ਮੇਰੇ ਵੀਰ ਸਹੀ ਸਾਹਿਬ ਦਾ ਇਸ਼ਾਰਾ ਕਿ ਨੰਬਰ ਕਬੱਡੀ ਦਾ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਵਕਾਸ ਭੱਟ ਚੱਲ ਪਈ ਨੌਜਵਾਨਾਂ ਦਾ ਹੱਕ ਕਬੱਡੀ ਇਸ ਟਾਈਮ ਨੌਜਵਾਨ ਕਬੱਡੀ ਦੇ ਉੱਪਰ ਕਿ ਸ਼ੇਰਾਂ ਦੀ ਚਾਲ ਹੈ ਤਰੀਕੇ ਬੋਲ ਚਾਲ ਦੇ ਸਾਡੇ ਵਾਂਗਰ ਜੀਣ ਦੇ ਤੇ ਸ਼ੌਕ ਲੋਕੀ ਪਾਲਦੇ ਸਾਡੇ ਵਾਂਗਰ ਜੀਣ ਦੇ ਤੇ ਸ਼ੌਕ ਲੋਕੀ ਪਾਲਦੇ ਨੰਬਰ ਵਕਾਸ ਭੱਟ ਦਾ ਨੰਬਰ ਵਕਾਸ ਭੱਟ ਦਾ ਇੱਕ ਨੰਬਰ ਦਾ ਹੋਰ ਇਜ਼ਾਫਾ ਕਰ ਗਿਆ ਬੰਦਾ ਅਗਲੀ ਕਬੱਡੀ ਪਾ ਕੇ ਡਿਪਟੀ ਮਲਕ ਮੁਹੰਮਦ ਅਕਬਰ ਚੱਲਦਾ ਪਿਆ ਮੁਕਾਬਲਾ ਕਬੱਡੀ ਦੇ ਤਰੀਕ ਦੇ ਬਿਹਤਰੀਨ ਮੁਕਾਬਲੇ ਦੇ ਵਿੱਚ ਮੁਕਾਬਲਾ ਚੱਲਦਾ ਪਿਆ ਨੌਜਵਾਨ ਅੱਜ ਕਬੱਡੀ ਦੇ ਉੱਪਰ ਡਿਪਟੀ ਮਲਕ ਮੁਹੰਮਦ ਅਕਬਰ ਚੱਲ ਕੋਈ ਸੋਹਣਿਆ ਪਾਕ ਕਬੱਡੀ ਤੈਨੂੰ ਰੱਬ ਦੀ ਰੱਖਾਂ ਦੀ ਫੀਸ ਦੇ ਉੱਪਰ ਮੁੱਖ ਸ਼ਕਤੀ ਦੇ ਮੁਕਾਬਲਾ ਕਾਸ ਕਾਸ ਮੁਕਾਬਲਾ ਕੀ ਕਰਦੇ ਜੁੜੇ ਸੇ ਭਾਈ ਐਸੇ ਨਹੀਂ ਚੱਲੇਗਾ ਕੋਈ ਫਾਇਦਾ ਨਹੀਂ ਕਾਮ ਕੁਝ ਚੱਲੇਗਾ ਨੰਬਰ ਕਬੱਡਰ ਦਾ ਨੰਬਰ ਕਬੱਡਰ ਦਾ ਅਗਲੀ ਕਬੱਡੀ ਕੌਣ ਪਾਏਗਾ ਸਾਹਮਣੇ ਇਮਰਾਨ ਖਾਨ ਦੇ ਵਿਸ਼ੇ ਨੂੰ ਕੰਮ ਕਰਦਾ ਹੋਇਆ ਕੌਣ ਜਨਾਬ ਮੈਂ ਵੀ ਡਰੀ ਗਿਆ ਭਾਈ ਨਹੀਂ ਪਹਿਲੋਂ ਮੈਂ ਐਵੇਂ ਵੈਸੇ ਜਾ ਰਹਾ ਹਾਂ ਪਤਾ ਨਹੀਂ ਬਿਸਮਿਲ੍ਲਾਹ ਰਹਿਮਾਨ ਰਹੀਮ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹਾਫਿਜ਼ ਮੁਹੰਮਦ ਆਸਮ ਮੁੱਲਾਪੁਰ ਦੀ ਧਰਤੀ ਹੈ ਚਾਰ ਨੌਜਵਾਨਾਂ ਦੀ ਬਣੀ ਹੋਈ ਸੰਗਲੀ ਹੈ ਵੇਖੋ ਕਿੰਦਰ ਟੱਕਰ ਹੁੰਦੀ ਹੈ ਕੌਣ ਟਕਣ ਦੀ ਕੋਸ਼ਿਸ਼ ਕਰੇਗਾ 30 ਸਕਿੰਟ ਦਾ ਸਮਾਂ ਜਨਾਬ ਬੀਤਾ ਹੋਇਆ ਗੁਜ਼ਰ ਗਿਆ ਇੱਕ ਤੋਂ ਦੂਸਰੇ ਨੌਜਵਾਨਾਂ ਦੇ ਨਾਲ ਹੋਈ ਟੱਕਰ ਰਾਹ ਟਕਣ ਦੀ ਕੋਸ਼ਿਸ਼ ਲੇਕਿਨ ਨੰਬਰ ਜਨਾਬ ਹਾਫਿਜ਼ ਆਸਮ ਮੌਲਾ ਦਾ ਦੋਵਾਂ ਟੀਮਾਂ ਦੇ ਵਿਚਕਾਰ ਚੱਲਦਾ ਹੋਇਆ ਕੌਂਟਰ ਦਾ ਮੁਕਾਬਲਾ ਸੂਈ ਗੈਸ ਔਰ ਪਾਕਿਸਤਾਨ ਏਅਰ ਫੋਰਸ ਲਓ ਜੀ ਅਗਲੇ ਮੈਚ ਦੇ ਮੁੱਖ ਮਹਿਮਾਨ ਹੋਣਗੇ ਜਨਾਬ ਚੌਧਰੀ ਆਦਮ ਪਰਵੇਜ਼ ਗੁੱਜਰ ਮੈਂਬਰ ਸੂਬਾਈ ਅਸੈਂਬਲੀ ਪਾਕਿਸਤਾਨ ਤਹਿਰੀਕ ਇਨਸਾਫ ਚੌਧਰੀ ਆਦਮ ਪਰਵੇਜ਼ ਗੁੱਜਰ ਸਾਹਿਬ ਇਮਰਾਨ ਖਾਨ ਦੇ ਵਿਜ਼ਨ ਸੀ ਕਿ ਨਇਆ ਪਾਕਿਸਤਾਨ ਔਰ ਤਬਦੀਲੀ ਪਾਕਿਸਤਾਨ ਦੀ ਅੱਜ ਨਏ ਪਾਕਿਸਤਾਨ ਦੀ ਪਹਿਲੀ ਨਵੀਂ ਚੈਂਪੀਅਨਸ਼ਿਪ ਜਨਾਬ ਮੁਹੰਮਦ ਸਲਮਾਨ ਰਾਣਾ ਸਾਹਿਬ ਨਏ ਪਾਕਿਸਤਾਨ ਦੀ ਪਹਿਲੀ 41ਵੀਂ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਆਰਮੀ ਔਰ ਵਾਪਦਾ ਫੌਰੀ ਤੌਰ ਤੇ ਗਰਾਊਂਡ ਦੇ ਵਿੱਚ ਆਓ ਜੀ ਪਾਕਿਸਤਾਨ ਆਰਮੀ ਔਰ ਪਾਕਿਸਤਾਨ ਵਾਪਦਾ ਕਹਿੰਦੇ ਡੱਡ ਬੈਠਕਾਂ ਲਾ ਲਓ ਮੁੰਡਿਓ ਤੇ ਪਕੜ ਬਣਾ ਲਓ ਹੱਥਾਂ ਦੀ ਤੁਸੀਂ ਵਿੱਚ ਮੈਦਾਨ ਤੇ ਆ ਜਾਓ ਕਮਿਸ਼ਨਰ ਸਾਹਿਬ ਨੇ ਕੋਠੀ ਬਣਾ ਦਿੱਤੀ ਲੱਖਾਂ ਦੀ ਜ਼ਬਰਦਸਤ ਸੌਕ ਚੱਲੇਗਾ ਹਾਫ ਟਾਈਮ ਅੱਜ ਜਦੋਂ ਮੈਚ ਖਤਮ ਹੋਏਗਾ ਅਗਲਾ ਮੈਚ ਸ਼ੁਰੂ ਹੋਣ ਤੋਂ ਪਹਿਲੇ ਕਬੱਡੀ ਦਾ ਜ਼ਬਰਦਸਤ ਸੌਕ ਚੱਲੇਗਾ ਔਰ ਅੱਜ ਦੇ ਇਸ ਮੈਚ ਦੇ ਉਚੇਚੇ ਪ੍ਰਾਹੁਣੇ ਹੋਣਗੇ ਜਨਾਬ ਚੌਧਰੀ ਆਦਮ ਪਰਵੇਜ਼ ਸਾਹਿਬ ਜੀ ਇਸ ਵੇਲੇ ਕਬੱਡੀ ਵਿੱਚ ਟੀਮ ਤੇ ਜਨਾਬ ਪਾਕਿਸਤਾਨ ਦਾ ਸੁਪਰ ਸਟਾਰ ਹੀਰੋ ਪਾਕਿਸਤਾਨ ਦਾ ਮਾਣ ਤੇ ਤਰਾਣ ਵਸੀਮ ਕੰਬੋ ਜੀ ਕੰਗਾਂ ਦੀਆਂ ਧਰਤੀ ਹੈ ਆਓ ਜਨਾਬ ਟੱਚ ਮਾਰਿਆ ਤੇ
ਵਾਪਸ ਆਪਣੇ ਹੱਥਾਂ ਦੇ ਉੱਤੇ ਦੋਵਾਂ ਟੀਮਾਂ ਦੇ ਸਕਾਰ ਚੱਲਦਾ ਹੋਇਆ ਮੁਕਾਬਲਾ ਚੱਲ ਰਿਹਾ ਨੌਜਵਾਨਾਂ ਆਤਿਫ ਜੀ ਦੋਨੇ ਕੁੱਟਾਂ ਦੇ ਵਿਚਕਾਰ ਮਾਰ ਕੇ ਥਾਪੀ ਪੁਜਿਆ ਵਿੱਚ ਮੈਦਾਨ ਦੇ ਪਿੱਛਾ ਹਟਦੇ ਮੱਚੇ ਨੇ ਗਾਂ ਨੂੰ ਪਿੱਛਾ ਮੁੜ ਕੇ ਨਾ ਵੇਖਾਂਗੇ ਪਿਛਾ ਨੂੰ ਰੱਬ ਸੋਹਣਾ ਮੇਹ ਰੱਖੇ ਮੇਰੇ ਤੇ ਮੱਥਾ ਟੇਕ ਕੇ ਮੈਂ ਆ ਘਰੇ ਮਾਰੂੰ ਰੱਬ ਸੋਹਣਾ ਮੇਹ ਰੱਖੇ ਮੇਰੇ ਤੇ ਮੱਥਾ ਟੇਕ ਕੇ ਮੈਂ ਆ ਘਰੇ ਮਾਰੂੰ ਅਗਲੀ ਕਬੱਡੀ ਵਾਸਤੇ ਪਾਕਿਸਤਾਨ ਦਾ ਸੁਪਰ ਸਟਾਰ ਹੀਰੋ ਦੋਨੇ ਫੁੱਟਾਂ ਦੇ ਵਿਚਕਾਰ ਮਾਰ ਕੇ ਸੈਕਟਰੀ ਕਿੱਥੇ ਆ ਬਾਹਰ ਆ ਗਿਆ ਸੈਕਟਰੀ ਕਿੱਥੇ ਆ ਬਈ ਬਿੱਲਾ ਪੱਟੀ ਆ ਜਾ ਆ ਜਾ ਆ ਜਾ ਮਾਰੀ ਕਰੀ ਹਾਂ ਤੂੰ ਆ ਜਾ ਵਾਈ ਨਾ ਕਰੋ ਸੈਕਟਰੀ ਕਿੱਥੇ ਆ ਜਾਵੇ ਕਾਨੂੰ ਬਿੱਲਾ ਪੱਟੀ ਲੋ ਜੀ ਜਿੰਦਾਬਾਦ ਬੜਾ ਸੋਹਣਾ ਸੱਜਾ ਤੇ ਖੱਬਿਆ ਮੈਦਾਨ ਸੈਕਟਰੀ ਦੇ ਉੱਪਰ ਬਿੱਲੇ ਪੱਟੀ ਤੋਂ ਬਾਅਦ ਸੈਕਟਰੀ ਵੱਲੋਂ ਜਿੰਦਾਬਾਦ ਜੀ ਬਲਾਲ ਮੋਸਰ ਢਿੱਲੋਂ ਅਗਲੀ ਕਬੱਡੀ ਅਕਬਰ ਡਿਪਟੀ ਚਾਲੀ ਸੋਹਣਿਆ ਪਾ ਕਬੱਡੀ ਤੈਨੂੰ ਰੱਬ ਦੀਆਂ ਰੱਖਾਂ ਜਿੱਧਰੋਂ ਆਵੇ ਜਿੱਧਰ ਜਾਵੇ ਅਜ਼ਾਨ ਹੋ ਰਹੀ ਲੋ ਜੀ ਅਜ਼ਾਨ ਦੇ ਇਤਰਾਮ ਚ ਮੈਂ ਬੰਦ ਕਰਦੇ ਨੇ ਮੈਂ ਜਾਣੇ ਲਓ ਜੀ ਪਾਕਿਸਤਾਨ ਦੀ ਤਾਰੀਖ ਦਾ ਬਹੁਤ ਹੀ ਤਕੜਾ ਮੈਚ ਹੋਣਾ ਜਾ ਰਿਹਾ ਅਗਲਾ ਮੈਚ ਜਿਹਦੇ ਵਿੱਚ ਪਾਕਿਸਤਾਨ ਵਾਪਨਾ ਔਰ ਪਾਕਿਸਤਾਨ ਆਰਮੀ ਦੋਵਾਂ ਟੀਮਾਂ ਦੇ ਵਿੱਚ ਇੰਟਰਨੈਸ਼ਨਲ ਖਿਡਾਰੀ ਖੇਡ ਰਹੇ ਆ ਪਾਕਿਸਤਾਨ ਵਾਪਨਾ ਦੀ ਟੀਮ ਦੇ ਕਪਤਾਨ ਮੁਹੰਮਦ ਸ਼ਫੀਕ ਚਿਸ਼ਤੀ ਔਰ ਪਾਕਿਸਤਾਨ ਆਰਮੀ ਦੀ ਟੀਮ ਦੇ ਕਪਤਾਨ ਸੱਜਾਦ ਗੁੱਜਰ ਔਰ ਮਹਿਮਾਨ ਖਸੂਸੀ ਵੀ ਜਨਾਬ ਚੌਧਰੀ ਆਦਲ ਪਰਵੇਜ਼ ਗੁੱਜਰ ਮੈਂਬਰ ਸੂਬਾਈ ਅਸੈਂਬਲੀ ਅੱਜ ਗੁਜਰਾਂ ਦੇ ਘੋੜੇ ਕਬੱਡੀ ਦੇ ਮੈਦਾਨਾਂ ਵਿੱਚ ਵੀ ਦੌੜਨਗੇ ਅੱਜ ਗੁਜਰਾਂ ਦੇ ਘੋੜੇ ਕਬੱਡੀ ਦੇ ਮੈਦਾਨਾਂ 'ਚ ਵੀ ਦੌੜਨਗੇ ਕਿਉਂਕਿ ਪਾਕਿਸਤਾਨ ਕਬੱਡੀ ਟੀਮ ਦੇ ਪਹਿਲੇ ਕਪਤਾਨ ਚੌਧਰੀ ਸਦੀਕ ਗੁੱਜਰ ਸੀ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਪਹਿਲੇ ਸੈਕਟਰੀ ਜਨਰਲ ਵੀ ਚੌਧਰੀ ਸਦੀਕ ਗੁੱਜਰ ਸੀ ਗੁਜਰਾਂ ਦੀ ਤਾਰੀਖ ਇੱਕ ਕਬੱਡੀ ਦੇ ਮੈਦਾਨ ਦੇ ਵਿੱਚ ਭਰੀ ਪਈ ਆ ਚੌਧਰੀ ਸਦੀਕ ਗੁੱਜਰ ਫਿਰ ਉਸ ਤੋਂ ਬਾਅਦ ਅਮਰ ਗੁੱਜਰ ਛਜਵਾਨ ਵਾਲੇ ਸ਼ਹੀਦ ਗੁੱਜਰ ਉੱਲਾ ਗੁੱਜਰ ਔਰ ਜ਼ਫਰ ਗੁੱਜਰ ਚੀਚਾ ਬਦਨੀ ਵਾਲੇ ਇਸੇ ਤਰ੍ਹਾਂ ਪੂਰੇ ਪਾਕਿਸਤਾਨ ਦੀ ਹਿਸਟਰੀ ਮੇਰੇ ਕੋਲ ਪਈ ਆ ਜਬਾਰ ਗੁੱਜਰ ਪਾਕਿਸਤਾਨ ਦੀ ਟੀਮ ਉਦੋਂ ਤੱਕ ਕੰਪਲੀਟ ਹੀ ਨਹੀਂ ਕਦੀ ਵੀ ਹੋਈ ਜਦੋਂ ਤੱਕ ਵਿੱਚ ਕੋਈ ਗੁੱਜਰ ਸ਼ਾਮਲ ਨਾ ਹੋਵੇ ਜੀ ਚਲੋ ਜੀ ਹਾਂ ਬਿੱਲੇ ਪੱਟੀ ਲਓ ਜੀ ਜਿੰਦਾਬਾਦ ਜੀ ਜਿੰਦਾਬਾਦ ਜੀ ਔਰ ਸਾਡੇ ਅਗਲੇ ਮੈਚ ਦੇ ਚੀਫ ਗੈਸਟ ਵੀ ਪਹੁੰਚ ਗਏ ਨੇ ਚੌਧਰੀ ਆਦਲ ਪਰਵੇਜ਼ ਸੁਲਤਾਨ ਸਾਹਿਬ ਮੈਂਬਰ ਸੂਬਾਈ ਅਸੈਂਬਲੀ ਜਨਾਬ ਦੀਆਂ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਕਿ ਸਾਡੇ ਗਰਾਊਂਡ ਦੇ ਰੌਣਕ ਬਣੇ ਕਮਿਸ਼ਨਰ ਆਸਿਫ ਇਕਬਾਲ ਸਾਹਿਬ ਦੇ ਸੱਦੇ ਤੇ ਸਾਡੇ ਗਰਾਊਂਡ ਦੇ ਰੌਣਕ ਬਣੇ ਜ਼ਿੰਦਾਬਾਦ ਜੀ ਕਬੱਡੀ ਵਸੀਮ ਕੰਬੋ ਇੱਕ ਵਾਰ ਫਿਰ ਪਾਕਿਸਤਾਨ ਏ ਨਾਸਰ ਕੱਟਾ ਲੱਗਾ ਹੈ ਨਾਲ ਪੱਟੇ ਵਾਲੀ ਗੱਲ ਕੀਤੀ ਪਾਕਿਸਤਾਨ ਆਰਮੀ ਔਰ ਪਾਕਿਸਤਾਨ ਵਾਪਸ ਦਾ ਗਰਾਊਂਡ ਹੈ ਜੀ ਪਾਕਿਸਤਾਨ ਆਰਮੀ ਔਰ ਪਾਕਿਸਤਾਨ ਵਾਪਸ ਦਾ ਬਿਲਕੁਲ ਰੈਡੀ ਹੋ ਜਾ ਮੈਚ ਮੁੱਕਦੇ ਟੀਮਾਂ ਕਰਾਉਣੇ ਚਾਹੀਦੀਆਂ ਚੱਲ ਕੁਛ ਹੋਣਿਆ ਇੱਧਰ ਆਤਿਫ ਨਫੀਸ ਗੁੱਜਰ ਪੱਲੇ 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 ਹੁੰਦੀ ਪਈ ਆ ਮੈਦਾਨ ਦੇ ਵਿੱਚ ਸਦਕੇ ਜਾਵਾ ਨਾ ਮੁਲਾ ਖਾਨ ਸਾਹਿਬ ਸਵਾਲ ਪੂਰਾ ਹੈ ਪੱਲੇ ਪੱਲੇ ਪਟਾਕੇ ਪੈਂਦੇ ਪਏ ਗੁੱਜਰ ਨਾਲ ਲੱਗਾ ਹੋਇਆ ਕੈਂਚੀ ਬੱਜੀ ਹੱਥੇ ਦੂਰ ਆ ਪਰ ਨੰਬਰ ਮੀਂਹ ਆਦੀ ਦਾਗ ਨਾ ਕੀ ਕਰੇ ਬਾਈ ਐਸੇ ਤੇ ਨਾ ਕਰਦੇ ਨੰਬਰ ਮੀਆਂ ਮੁਹੰਮਦ ਆਦਫ ਦਾ ਅਗਲੀ ਕਬੱਡੀ ਪਾਉਣ ਵਾਸਤੇ ਛੋਟੇ ਸਗੇ ਵਾਲਾ ਸ਼ੇਰ ਸਾਧੂ ਦਾ ਜੱਟ ਇੱਕ ਵਾਰੀ ਫਿਰ ਜੱਟ ਟੁੱਟ ਗਿਆ ਹੈ ਅਗਲੀ ਕਬੱਡੀ ਪਾਉਣ ਵਾਸਤੇ ਚੱਲ ਪਈ ਜੱਟਾ ਤੇਰੇ ਰੋਡ ਤੇ ਖੜਾ ਕੇ ਅੱਜ ਹੋਣਗੇ ਮਜੇ ਤੇ ਮਾਈਆਂ ਹੋਣ ਆਉਣਗੇ ਮਜੇ ਤੇ ਮਾਈਆਂ ਹੋਣ ਆਉਣਗੇ ਸਦਕੇ ਜਾਵਾ ਨੌਜਵਾਨ ਦਾ ਪਾਹ ਕਬੱਡੀ ਲਓ ਜੀ ਬਿੱਲਾ ਪੱਟੀ ਲਓ ਜੀ ਜਿੰਦਾਬਾਦ ਜੀ ਅਗਲੀ ਕਬੱਡੀ ਫੇਰ ਚੱਲ ਵੀ ਸੋਹਣਿਆ ਪਾ ਕਬੱਡੀ ਦੋਵੇਂ ਪਾਸੇ ਨੌਜਵਾਨ ਚਹੁ ਵੀਰਾਂ ਚ ਵੱਧ ਕੱਢਣ ਦੀ ਕੋਸ਼ਿਸ਼ ਕੀਤੀ ਹੈ ਪਰ ਨੰਬਰ ਕਬੱਟਰ ਦਿਖਾਤੀ ਹੋਗਾ ਜੀ ਨੰਬਰ ਕਬੱਟਰ